ਪਾਣੀ ਬਚਾਉਣ ਵਾਲਾ ਦਰਖਤ ਬਚਾਉਣ ਵਾਲਾ ਕੰਮ ਹੋ ਰਿਹਾ ਨਹੀਂ ਹੋ ਰਿਹਾ 0% ਸੋਚ ਹੈ ਉਧਰਲੇ ਪਾਸੇ ਪਲਾਸਟਿਕ ਦੇ ਵਪਾਰੀ ਦੇ ਕਿੰਨਾ ਵਪਾਰ ਤੇ ਪ੍ਰਭਾਵ ਪਿਆ ਜੇ ਗੱਲ ਕਰੀਏ ਤੇ ਫਾਈਨੈਂਸ਼ੀਅਲੀ ਤਾਂ ਕਿੰਨਾ ਨੁਕਸਾਨ ਨੁਕਸਾਨ ਹੀ ਨੁਕਸਾਨ ਹੈ ਜੀ ਨਾ ਕਿਸੇ ਗਵਰਨਮੈਂਟ ਦੇ ਬੰਦੇ ਨੇ ਆਖਿਆ ਜੀ ਮੇਰੇ ਹਿਸਾਬ ਨਾਲ ਮੈਂ ਸੰਗਰੂਰ ਡਿਸਟ੍ਰਿਕਟ ਚੋਂ ਲਾ ਲਓ ਉਹਨਾਂ ਪੰਜ ਬੰਦਿਆਂ ਦੇ ਵੀ ਜਿਹੜਾ ਸਭ ਤੋਂ ਵੱਧ ਟੈਕਸ ਭਰਦਾ ਸੀ ਪਲਾਸਟਿਕ ਦੇ ਵਿੱਚ ਕਿਸੇ ਗਵਰਨਮੈਂਟ ਦੇ ਬੰਦੇ ਨੇ ਆਖਿਆ ਸਾਨੂੰ ਫ੍ਰੀ ਆਫ ਲੋਨ ਤੁਹਾਨੂੰ ਲੋਨ ਦਿੰਦੇ ਆ ਤੁਸੀਂ ਨਵਾਂ ਕੰਮ ਸ਼ੁਰੂ ਕਰੋ ਜਾਂ ਕੁਝ ਕਰੋ ਤੁਸੀਂ ਸੋਨੇ ਇੰਨਾ ਟੈਕਸ ਭਰਿਆ ਕੋਈ ਸ਼ਾਬਾਸ਼ ਨਹੀਂ ਮਿਲੀ ਜੀ ਧੱਕਾ ਮਾਰਨ ਵਾਲਾ ਕੰਮ ਹੋਇਆ ਜੀ ਬਿਲਕੁਲ ਧੰਦੇ ਦੇ ਲੱਤ ਮਾਰਨ ਵਾਲਾ ਆਪਣੇ ਜਿਹੜੀ ਸਾਡੀ ਰੋਜੀ ਰੋਟੀ ਸੀ ਉਹ ਤੇ ਲੱਤ ਮਾਰਨ ਵਾਲਾ ਕੰਮ ਹੋਇਆ ਗਵਰਨਮੈਂਟ ਦੇ ਕਿਸੇ ਨੁਮਾਇੰਦਗੇ ਨੇ ਕਿਸੇ ਨੇ ਕੁਝ ਆਖਿਆ ਹੋਵੇ ਜਾਂ ਉਹਦੇ ਡੀਸੀ ਸਾਹਿਬ ਨੇ ਆਖਿਆ ਹੋਵੇ ਵੀ ਅਸੀਂ ਉਹਨੂੰ ਬੰਦ ਕਰ ਰਹੇ ਹਾਂ ਲਫਾਫਾ ਤੁਹਾਨੂੰ ਅਸੀਂ ਰੋਜ਼ਗਾਰ ਵਾਸਤੇ ਫ੍ਰੀ ਆਫ ਕੋਸਟ ਫ੍ਰੀ ਆਫ ਲੋਨ ਦਵਾਨੇ ਆ ਤੁਹਾਨੂੰ ਤੁਸੀਂ ਨਵਾਂ ਕੰਮ ਹੋਰ ਸ਼ੁਰੂ ਕਰੋ ਕਿਸੇ ਨੇ ਕੋਈ ਗੱਲ ਆਖੀ ਨਹੀਂ ਕੋਈ ਹਿੱਟ ਲਿਸਟ 'ਚ ਦੇਖੋ ਕਿ ਨਾਮ ਕੌਣ ਟੈਕਸ ਜ਼ਿਆਦਾ ਭਰ ਰਿਹਾ ਸੀ ਕੌਣ ਨਹੀਂ ਉਹਨਾਂ ਨੂੰ ਅਸੀਂ ਕੀ ਕਰੀਏ ਵੀ ਗਵਰਨਮੈਂਟ ਨੂੰ ਟੈਕਸ ਮਿਲੇ ਬੈਂਕ ਲੋ ਅਕਾਊਂਟ ਦੇਖ ਲਓ ਲੋਨ ਹਾਲੇ ਚੱਲ ਰਹੇ ਆ ਉਹਨੀਆਂ ਚੱਲ ਰਹੀਆਂ ਜੀ ਤੁਹਾਡੇ ਕੋਲ ਕਿੰਨਾ ਲਫਾਫਾ ਪਿਆ ਫਿਲਹਾਲ ਫ੍ਰੀ ਹੈ ਜੀ ਬਿਲਕੁਲ ਤਾਂ ਹੀ ਤਾਂ ਮੈਂ ਤੁਹਾਨੂੰ ਕਹ ਰਿਹਾ ਪੇਪਰ ਲਾਈਨ 'ਚ ਚਲਾ ਗਿਆ ਜੀ ਬਹੁਤ ਵਪਾਰੀ ਨੇ ਜਿਹੜੇ ਮੈਂ 4-5 ਸਾਲ ਪਹਿਲਾਂ ਸਮਝ ਗਿਆ ਸੀ ਇਹ ਕੰਮ ਹੋਊਗਾ ਅਸੀਂ ਇਸ ਕਰਕੇ ਕਰੋਕਰੀ ਲਾਈਨ 'ਚ ਚਲੇ ਗਏ ਸੀ ਜੀ ਇਸ ਕਰਕੇ ਹੀ ਕਰੋਕਰੀ ਇਸ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਤੁਹਾਡੇ ਵਰਗੇ ਵਪਾਰੀ ਨੇ ਜਿਹੜੇ ਆਤਮ ਹੱਤਿਆ ਰਾਹ ਚੁੰਦੇ ਉਹਨੂੰ ਕਿਵੇਂ ਦੇਖਦੇ ਸਰ ਦੋ ਪਰਿਵਾਰ ਆਤਮ ਹੱਤਿਆ ਕਰ ਚੁੱਕੇ ਅੱਜ ਵੀ ਉਹੀ ਗੱਲ ਹੈ ਜੀ ਤਿੰਨ ਪਰਿਵਾਰ ਸਾਡੇ ਧੂਰੀ ਉੱਥੇ ਮਾਨ ਸਾਹਿਬ ਕੋਲ ਗਏ ਤਿੰਨ ਬੰਦੇ ਗੱਡੀ ਚੱਕ ਕੇ ਭੱਜ ਗਏ ਜੀ ਕੀ ਹੋਇਆ ਕੀ ਨਹੀਂ ਕੁਝ ਨਹੀਂ ਪਤਾ ਹੈ ਜੀ ਤਿੰਨ ਬੰਦੇ ਉੱਥੋਂ ਗੱਡੀ ਚੱਕ ਕੇ ਇੰਨੇ ਮਾਇੂਸ ਹੋਏ ਨੇ ਨਾ ਤਾਂ ਕੋਈ ਮਾਨ ਸਾਹਿਬ ਮਿਲਣ ਦਾ ਟਾਈਮ ਦੇ ਰਹੇ ਨੇ ਨਾ ਕੋਈ ਗੱਲ ਸੁਣ ਰਹੇ ਨੇ ਸਿਰਫ ਬੰਦ ਕਰਨਾ ਬੰਦ ਕਰਨਾ ਬੰਦ ਕਰਨਾ ਲੇਕਿਨ ਬੰਦੇ ਦਾ ਵਿਕਲਪ ਨਹੀਂ ਹੈ ਨਾ ਇਹਦਾ ਬੰਦੇ ਵਿਕਲਪ ਇਹਨੂੰ ਸੋਚੋ ਇਹ ਕੁਦਰਤ ਦੇ ਨਾਲ ਖਲਵੜ ਜਿਹੜਾ ਤੁਸੀਂ ਇੱਕ ਗੱਲ ਹੋਰ ਦੇਖ ਰਹੇ ਹੋ ਵੀ ਇਹ ਪਲਾਸਟਿਕ ਪੈਦਾ ਕਿੱਥੋਂ ਹੋਇਆ ਕਿਸੇ ਨੂੰ ਪਤਾ ਉਹਨੇ ਮੇਰੇ ਹਿਸਾਬ ਨਾਲ ਜਿਹੜੇ ਅੰਦਰ ਬੈਠੇ ਕਿਸੇ ਨੂੰ ਨਹੀਂ ਪਤਾ ਜਿਹੜਾ ਇਹ ਪਲਾਸਟਿਕ ਪੈਦਾ ਹੋ ਰਿਹਾ ਕਰੂਡ ਆਇਲ ਤੋਂ ਪੈਦਾ ਹੋ ਰਿਹਾ ਕੱਚੇ ਤੇਲ ਤੋਂ ਜਿਵੇਂ ਆਪਾਂ ਦੁੱਧ ਰਿੜਕਦੇ ਆ ਉਹਦੇ ਚੋਂ ਲੱਸੀ ਨਿਕਲਦੀਆਂ ਚੀਜ਼ਾਂ ਨਿਕਲਦੀਆਂ ਕੱਚੇ ਤੇਲ ਨੂੰ ਰਿੜਕਦੇ ਨੇ ਉਹਦੇ ਚੋਂ 100 ਕੁਛ ਆਈਟਮਾਂ ਨਿਕਲਦੀਆਂ ਜਿਹੜਾ ਬਾਕੀ ਆਪਾਂ ਕਹਿੰਦੇ ਦੁੱਧ ਨੂੰ ਰਿੜਕ ਕੇ ਲੱਸੀ ਬਚ ਗਈ ਇਹ ਲੱਸੀ ਬਚੀ ਹੈ ਜੀ ਇਹ ਤਾਂ ਬਚਣੀ ਬਚਣੀ ਹੈ ਜੀ ਕਿਸੇ ਨੇ ਦੇਖਿਆ ਇਹ ਤਾਂ ਲੱਸੀ ਬਚੂਗੀ ਤੇਲ ਨੂੰ ਕੱਚੇ ਤੇਲ ਨੂੰ ਰਿੜਕਣਗੇ ਇਹ ਤਾਂ ਪਲਾਸਟਿਕ ਤਾਂ ਬਚਣਾ ਹੀ ਬਚਣਾ ਇਹਨੂੰ ਤੁਸੀਂ ਯਾਨੀ ਕਿ ਯੂਜ਼ 'ਚ ਨਾ ਲਓਗੇ ਉਲਟਾ ਜ਼ਿਆਦਾ ਖਰਾਬ ਕਰੂਗਾ ਹੁਣ ਤਾਂ ਰੀਸਾਈਕਲਡ ਹੋ ਰਿਹਾ ਅੱਗੇ ਦੀ ਅੱਗੇ ਇਹਨੂੰ 10 ਵਾਰ 20 ਵਾਰ 50 ਵਾਰ ਰੀਸਾਈਕਲਡ ਕਰ ਸਕਦੇ ਅਖੀਰ ਦੇ ਨਹੀਂ ਹੁੰਦੀ ਜਿਹੜੀ ਚੀਜ਼ ਨਹੀਂ ਰੀਸਾਈਕਲਡ ਹੋ ਰਹੀ ਕੁਰਕਰੇ ਦੇ ਪਾਊਚ ਹਲਦੀ ਰਾਮ ਵਾਲੇ ਪਾਊਚ ਉਹ ਚਲਾ ਰਹੇ ਹੋ ਉਹ ਉਲਟਾ ਖਰਾਬ ਕਰ ਰਹੇ ਬੋਤਲ ਵੀ ਚੱਲ ਰਹੀ ਹੈ ਸਿੰਗਲ ਯੂਜ਼ ਤੁਸੀਂ ਇਹ ਕਰੋ ਸਾਡੀ ਟੀਮ ਪਲਾਸਟਿਕ ਵਾਲਿਆਂ ਦੀ ਤੁਸੀਂ ਬੱਚੇ ਦੇਖਦੇ ਹੋ ਝੋਲਾ ਚੱਕਨੇ ਅਸੀਂ ਇੱਕ ਇੱਕ ਝੋਲਾ ਚੱਕਦੇ ਹਾਂ ਬਰਨਾਲੇ ਸ਼ਹਿਰ ਤੱਕ ਜਾਂਦੇ ਹਾਂ ਉਹਦੇ 'ਚ ਆਪਾਂ ਨੂੰ ਜ਼ਿਆਦਾ ਪਲਾਸਟਿਕ ਕਿਹੜਾ ਮਿਲੇਗਾ ਕੁਰਕਰੇ ਵਾਲੇ ਜਿਹੜੇ ਰੀਸਾਈਕਲਡ ਨੇ ਉਹ ਤਾਂ ਚੱਕ ਕੇ ਲੈ ਜਾਂਦੇ ਨੇ 20 ਤੋਂ 50 ਰੁਪਏ ਕਿਲੋ ਤੱਕ ਅਸੀਂ ਉਹ ਲੈਣ ਨੂੰ ਤਿਆਰ ਹਾਂ ਸਾਨੂੰ ਦਿਓ ਚੁੱਕ ਕੇ ਅੱਗੇ ਰੀਸਾਈਕਲਡ ਹੋਏਗਾ 20 ਤੋਂ 50 ਰੁਪਏ ਕਿਲੋ ਦਾ ਲੇਕਿਨ ਜਿਹੜਾ ਲਫਾਫਾ ਚੁਗਿਆ ਨਹੀਂ ਜਾ ਰਿਹਾ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਅੱਜ ਦੀ ਆਵਾਜ਼ ਨੂੰ ਫੋਲੋ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਇਸ ਦੇ ਨਾਲ ਹੀ ਯੂਟਿਊਬ ਦੇ ਉੱਤੇ ਸਾਡੇ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਲੇਟੈਸਟ ਬ੍ਰੇਕਿੰਗ ਖਬਰਾਂ ਦੇ ਲਈ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੀ ਜਾਣਕਾਰੀ ਦੇ ਲਈ ਸਾਨੂੰ ਫੋਲੋ ਕਰੋ ਦੇਸ਼ ਵਿਦੇਸ਼ ਦੀਆਂ ਵੱਡੀਆਂ ਖਬਰਾਂ ਹੁਣ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਅੱਜ ਦੀ ਆਵਾਜ਼ ਦੇ ਅਖਬਾਰ ਦਾ ਈ ਪੇਪਰ ਐਡੀਸ਼ਨ ਪੜ੍ਹਨ ਦੇ ਲਈ ਸਾਡੀ ਵੈਬਸਾਈਟ ਦੇ ਉੱਤੇ ਵਿਜ਼ਿਟ ਕਰੋ ਪੰਜਾਬ ਦਾ ਭਰੋਸੇਮੰਦ ਅਖਬਾਰ ਰੋਜ਼ਾਨਾ ਅੱਜ ਦੀ ਆਵਾਜ਼